ਨਾਗਰਿਕਤਾ ਸੋਧ ਬਿੱਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਿੱਪਣੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਬਿੱਲ ਨਾਲ ਦਿੱਲੀ 'ਚ ਅਫਗਾਨਿਸਤਾਨ ਦੇ ਸ਼ਰਨਾਰਥੀ ਸਿੱਖ ਭਰਾਵਾਂ ਨੂੰ ਫਾਇਦਾ ਮਿਲੇਗਾ, ਪਰ ਇਸ ਬਿੱਲ 'ਚ ਜੋ ਮੁਸਲਿਮ ਭਾਈਚਾਰੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਉਹ ਚੰਗੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਬਿਨਾਂ ਧਰਮ ਤੇ ਭੇਦਭਾਵ ਤੋਂ ਹਰ ਜਾਤੀ ਤੇ ਧਰਮ ਦੇ ਲੋਕਾਂ ਨੂੰ ਇਸਦਾ ਫਾਇਦਾ ਮਿਲਣਾ ਚਾਹੀਦਾ। ਠੀਕ ਹੈ, ਇਸ ਬਿੱਲ ਦੇ ਨਾਲ ਦਿੱਲੀ ਦੇ ਵਿੱਚ ਜੋ ਅਫਗਾਨਿਸਤਾਨ ਦੇ ਸ਼ਰਨਾਰਥੀ ਜਿਹੜੇ ਉਹ ਰਹਿ ਰਹੇ ਆ ਸਿੱਖ ਸਾਡੇ ਭਰਾ ਨੇ, ਉਹਨਾਂ ਨੂੰ ਬਹੁਤ ਸਾਰਾ ਲਾਭ ਮਿਲੂਗਾ। ਪਰ ਚੰਗਾ ਹੁੰਦਾ ਜੇ ਇਸ ਬਿੱਲ ਦੇ ਵਿੱਚ ਜਿੱਥੇ ਹਿੰਦੂ, ਸਿੱਖਾਂ, ਬੋਧੀਆਂ, ਜੈਨੀਆਂ ਨੂੰ ਸ਼ਾਮਿਲ ਕੀਤਾ ਗਿਆ, ਮੁਸਲਮਾਨਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ। ਮੁਸਲਮਾਨਾਂ ਨੂੰ ਇਸ ਬਿੱਲ ਦੇ ਤਹਿਤ ਜਿਹੜੀ ਹੈ ਰਿਆਇਤ ਨਾ ਦੇਣਾ, ਇਹ ਗੱਲ ਠੀਕ ਨਹੀਂ ਲੱਗਦੀ। ਬਿਲਕੁਲ, ਪਾਕਿਸਤਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀਆਂ ਰਹਿ ਰਹੀਆਂ ਨੇ, ਬੜੀਆਂ ਸਹਿਮ ਦੇ ਵਿੱਚ ਰਹਿ ਰਹੀਆਂ ਨੇ, ਅਤੇ ਹਿੰਦੁਸਤਾਨ ਦਾ ਸੰਵਿਧਾਨ ਜਿਹੜਾ ਹੈਗਾ ਉਹ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਅਧਿਕਾਰ ਦਿੰਦਾ ਹੈ, ਬਰਾਬਰ ਦੇ ਹੱਕ ਹਕੂਕ ਦੀ ਜਿਹੜੀ ਹੈ ਉਹ ਪਾਲਣਾ ਕਰਨ ਦੀ ਆਗਿਆ ਦਿੰਦਾ ਹੈ। ਅਤੇ ਇਸ ਕਿਸਮ ਦਾ ਸਹਿਮ ਜਿਹੜਾ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਮਨਾਂ 'ਚ ਸਹਿਮ ਹੈ, ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦਾ ਸਹਿਮ ਜਿਹੜਾ ਉਹ ਨਹੀਂ ਬਣਨ ਦੇਣਾ ਚਾਹੀਦਾ। ਇਹ ਸਰਕਾਰਾਂ ਦਾ ਫਰਜ਼ ਹੈ, ਕਿਉਂਕਿ ਹਿੰਦੁਸਤਾਨ ਦੀ ਖੂਬਸੂਰਤੀ ਜਿਹੜੀ ਉਹ ਇਸ ਗੱਲ 'ਚ ਹੈ ਕਿ ਇਹ ਦੇਸ਼ ਜਿਹੜਾ ਹੈ ਇਹ ਸਾਰਿਆਂ ਦਾ ਹੈ, ਹਿੰਦੂਆਂ, ਮੁਸਲਮਾਨ, ਜੈਨੀ, ਬੋਧੀਆਂ, ਸਿੱਖਾਂ ਦਾ, ਸਾਰਿਆਂ ਦਾ ਦੇਸ਼ ਹੈ। ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪੂਰੇ ਦੇਸ਼ 'ਚ ਉਥਲ ਪੁਥਲ ਹੈ। ਕੁਝ ਲੋਕ ਇਸ ਬਿੱਲ ਦੇ ਹੱਕ ਵਿੱਚ ਹਨ ਅਤੇ ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਨੇ। ਤਲਵੰਡੀ ਸਾਬੋ ਤੋਂ ਮਨੀਸ਼ ਗਰਗ, ਜਗਬਾਣੀ ਟੀਵੀ।